Happy birthday to you. Happy birthday to you. Happy birthday to you. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ? ਤੇ ਮੈਨੂੰ ਪਤਾ ਤੁਸੀਂ ਸਾਰੇ ਠੀਕ ਠਾਕ ਹੋ ਗਏ, ਘੈਂਟ ਹੋ ਗਏ, ਤੇ ਮੈਂ ਵੀ ਘੈਂਟ ਹਾਂ। ਤੇ ਮੇਰੇ ਨਾਲ ਮੇਰਾ ਫੁੱਫੜ ਆ ਰਘੂ, ਇਹ ਅੱਜ ਮੇਰਾ ਭਰਾ ਰਘੂ, ਤੇ ਇਹਦਾ ਅੱਜ ਬਰਥਡੇ ਆ, ਨਾਲ ਭਾਬੀ ਦਾ ਵੀ ਬਰਥਡੇ ਆ, ਤੇ ਦੋਵਾਂ ਜਾਣਿਆਂ ਦਾ ਇੱਕੋ ਦਿਨ ਬਰਥਡੇ ਆ 8 ਨੂੰ। ਤੇ ਅਸੀਂ ਫਿਰ ਕੇਕ ਲੈ ਕੇ ਆਏ ਹਾਂ ਹੁਣੇ ਧਾਰੀ ਵੱਲੋਂ। ਆ ਫੁੱਫੜ ਦੇ ਅੱਜ ਕੇਕ ਆ ਨਾਲ ਪਟਾਕਾ ਹੀ ਲੈਂਦਾ ਵਾ, ਖਤਮ ਅਜਾ ਟੱਕ ਕਰ ਗਏ ਮਾਜੀ ਦਾ। ਅਤੇ ਬੜਾ ਮਜ਼ਾ ਆਊਗਾ ਤੁਹਾਨੂੰ ਵਲੋਗ 'ਤੇ ਬਣੇ ਰਹੋ। ਅਤੇ ਘਰ ਜਾ ਕੇ ਅਸੀਂ ਪਾਰਟੀ ਕਰਨੀ ਆ, ਅਤੇ ਰਵੀ ਵੀ ਆਉਣ ਡਿਆ ਅਤੇ ਸੰਜੇ ਦੱਤ ਵੀ ਆਉਣ ਡਿਆ ਵਾ, ਅਤੇ ਬਸ ਜਲਦੀ ਤੁਹਾਨੂੰ ਮਤਲਬ ਸਾਰਿਆਂ ਨੂੰ ਮਿਲਦੇ ਹਾਂ। ਮਾਤਾ ਤਿਆਰੀ ਕਰ ਰਹੀ ਆ ਮਤਲਬ ਪਕੌੜੇ ਪਕੌੜੇ ਬਣਾਉਣ ਦੀ। ਮਾਤਾ ਕੀ ਬਣਾਉਣ ਲੱਗੇ ਅੱਜ ਸਪੈਸ਼ਲ? ਸੁਪਾਰੀ ਨਿਕਲ ਕੇ ਬਾਤ ਕਰ ਰਹੇ ਬਾਬਾ। ਸਤਿ ਸ਼੍ਰੀ ਅਕਾਲ ਜੀ। ਇਹ ਗਰੀਬਾਂ ਨੇ ਸੰਜੇ ਆਉਂਦੇ ਆਉਂਦੇ ਆ ਰਘੂ ਦੇ ਜਨਮ ਦਿਨ ਤੇ ਆ ਰਹੇ ਸੀ, ਤੇ ਭੁੰਡੜੀਆਂ ਲੜਕੀਆਂ ਦੇਖੋ। ਇਹ ਭਾਜੀ ਸੰਜੇ ਦਾ ਤਾਂ ਘੱਟ ਲੱਗਣ ਡੇ ਆ, ਤੇ ਵਿਨੋਦ ਖੰਨਾ ਜ਼ਿਆਦਾ ਲੱਗਣ ਡੇ। ਨਹੀਂ ਆ ਜਾਓ ਆ ਜਾਓ ਆ ਜਾਓ ਬੈਠੋ। ਆਵੇ ਮਮਾ ਮੂਵੇ ਭਾਈ ਦਾ ਕੀ ਹਾਲ ਭਾਈ? ਰਸਤੇ ਚ ਘੁੰਮੜੀਆਂ ਲੜ ਗਈਆਂ ਸਾਨੂੰ, ਤੇ ਚੰਗੀ ਸਜ਼ਾ ਮਿਲੀ। ਆ ਦੇਖ ਲੋ ਬਾਬਾ, ਇੱਕ ਡਾਇਲੋਗ ਹੈ ਜੀ ਪੰਜ ਕੋਕ ਦੇ ਨਾਲ। ਓਏ ਕੰਜਰੀ ਪੈਰਾਂ ਚੋਂ ਡਿੱਗਿਆ ਨੋਟ ਨਾ ਚੁੱਕੇ, ਤੇ ਜੈਲਦਾਰ ਜੰਗ ਸਿੰਘ ਉਸ ਪੁੱਤਰ ਨੂੰ ਚੁੱਕ ਲੈ ਜਿਹੜਾ ਕਿ ਭੂੰਡੜੀਆਂ ਲੜਾ ਕੇ ਆ ਗਿਆ। ਖਤਮ, ਬਾਏ ਬਾਏ, ਟਾਟਾ, ਗੁੱਡ ਬਾਏ, ਗਿਆ, ਖਤਮ ਕਰ ਦੋ। ਭਾਜੀ ਨੇ ਤਿੰਨੀ ਵੇਟ ਕੀਤੀ ਟਿੰਡ ਚੋ ਭੈਣ ਚੋ ਤਿੰਨ ਵਾਰ ਆ ਕੇ ਆਪਣਾ ਪੂਰਾ ਟੱਬਰ ਵਿਦ ਰਵੀ ਹੋਣੀ ਤੇ ਸੰਜੇ ਦੱਤ ਹੋਣੀ ਤੇ ਆਪਣੇ ਫੁੱਫੜ ਜੀ ਹੋਣੀ ਤੇ ਜਿੰਨਾ ਦਾ ਜਨਮ ਦਿਨ ਆ ਪ੍ਰੀਤ ਭਾਬੀ ਦੇ ਆਪਣਾ ਸਗੋ ਵੀ ਹੈ।
ਕੰਮ ਨਾ ਕਰਿਓ ਹੈ ਨਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇੰਨਾ ਮਹਿੰਗਾ ਕੇਕ ਇੰਨੀ ਮਿਹਨਤ ਨਾਲ ਬਣਾਇਆ ਹੁੰਦਾ ਵਾ ਅਸੀਂ ਮੂੰਹ ਦੇ ਮਲ ਦਿੰਦੇ ਹਾਂ ਬੜਾ ਬੈਡ ਕੰਮ ਫੂਕ ਮਾਰੀ ਵੀ ਤੇ ਫੂਕਾ ਇੱਕ ਮਾਰੀ ਤੇ ਗਾ ਪਹਿਲਾਂ ਲਿਆ ਲਾਲ ਜੀ ਹੈਪੀ ਬਰਥਡੇ ਜਨਮਦਿਨ ਦਾ ਗਿਫਟ ਜਿਹੜਾ ਵਾ ਦਿੱਤਾ ਦੇਣਾ ਵਾ ਤੇ ਕੀ ਆ ਵਾ ਇਹ ਕੀ ਆ ਇਹ ਵਾਲੀਆਂ ਵਾਲੀਆਂ ਹਲੋ ਜੀ ਠੀਕ ਆ ਜੀ ਬਹੁਤ ਮਜ਼ਾ ਆਇਆ ਹੋਊਗਾ ਸਾਨੂੰ ਵੀ ਤੇ ਤੁਹਾਨੂੰ ਵੀ ਆਇਆ ਤੇ ਨਹੀਂ ਚੰਗਾ ਜੀ ਬਹੁਤ ਮਿਲਦੇ ਵਾ ਅਸੀਂ ਕੇਕ ਕੂਕ ਖਾ ਲਈਏ ਤੇ ਬਸ ਅਗਲੇ ਸਾਲ ਮਿਲਦੇ ਹਾਂ ਇੱਥੇ ਸ਼ਹਿਰ